ਜਿਸ ਘਰ ਦੇ ਵਿੱਚ ਬੱਚੇ ਬਿਮਾਰ ਹੈ, ਜਿਸ ਘਰ ਦੇ ਵਿੱਚ ਹਸਬੈਂਡ ਬਿਮਾਰ ਹੈ, ਜਿਸ ਘਰ ਦੇ ਵਿੱਚ ਕੋਈ ਵੀ ਬਿਮਾਰ ਹੈ, ਉਹ ਬੰਦਾ ਸੂਲੀ ਟੰਗਿਆ ਹੋਇਆ ਅਤੇ ਜਿਹੜਾ ਬੰਦਾ ਬਿਮਾਰ ਹੈ ਉਹ ਵੀ ਸੂਲੀ ਟੰਗਿਆ ਹੋਇਆ। ਹੁਣ ਤੁਸੀਂ ਦੱਸੋ ਮਦਦ ਕਿਸ ਤਰ੍ਹਾਂ ਕਰਾਂਗੇ ਆਪਾਂ? ਅਸੀਂ ਸੂਲੀ ਟੰਗੇ ਹੋਏ ਹਾਂ ਇਹ ਮੰਨ ਲਓ, ਅਤੇ ਬੱਚਾ ਵੀ ਸਾਡਾ ਸੂਲੀ ਟੰਗਿਆ। ਹੁਣ ਤੁਸੀਂ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਕਿੱਥੋਂ ਭੱਜੋਗੇ ਜਾਂ ਆਪਣੀ ਪੇਨ ਨੂੰ ਕਿਵੇਂ ਬਰਦਾਸ਼ਤ ਕਰੋਗੇ? ਤੁਹਾਡੀ ਪੇਨ ਬਹੁਤ ਜ਼ਿਆਦਾ ਹੈਗੀ ਹੈ, ਕਿਉਂਕਿ ਸਾਡੇ ਹੱਥ ਇਹੋ ਜਿਹੇ ਨਹੀਂ ਹੁੰਦੇ ਰਹੇ ਕਿ ਬੱਚੇ ਨੂੰ ਸੂਲੀ 'ਚੋਂ ਕੱਢ ਕੇ ਬਾਹਰ ਕਰ ਦਈਏ ਅਤੇ ਉਹਦੀ ਜਾਨ ਬਚਾ ਦਈਏ। ਨਹੀਂ ਰਹੇ ਹੋ, ਜਦੋਂ ਤੱਕ ਚੱਲਦੀ ਸੀ ਵਾਹ 10-15 ਸਾਲ ਪੈਸਾ, ਸ਼ੋਹਰਤ, ਟੌਰ, ਲਾਇਕੀ, ਇੰਟੈਲੀਜੈਂਸ, ਆਪਣੇ ਕੰਟੈਕਟਸ, ਜੋ ਜੋ ਚੱਲਦਾ ਸੀ ਅਸੀਂ ਸਭ ਕੁਛ ਖਰਚ ਕਰ ਬੈਠੇ ਹਾਂ। ਹੁਣ ਨਹੀਂ ਕੱਢਣ ਜੋਗੇ ਰਹੇ, ਹੁਣ ਦੱਸੋ ਕੀ ਕਰੋਗੇ? ਫਿਰ ਆਪਾਂ ਇਸ ਸਟੇਟ ਨੂੰ ਅੱਗੇ ਮੰਨੀਏ, ਫਿਰ ਇਹਦਾ ਅਸੀਂ ਅਫਸੋਸ ਕਰੀਏ, ਫਿਰ ਇਸ ਅਫਸੋਸ ਨੂੰ ਪੂਰੀ ਪੂਰੀ ਤਰ੍ਹਾਂ ਇਸ ਅਫਸੋਸ ਦੇ ਸਾਰੇ ਸਟੇਜਿਸ ਦੇ ਵਿੱਚੋਂ ਲੰਘੀਏ। ਗੁੱਸਾ ਵੀ ਆਏਗਾ, ਡਿਪਰੈਸ਼ਨ ਵੀ ਆਏਗਾ, ਚਿੜਚਿੜਾਪਨ ਵੀ ਆਏਗਾ, ਇੱਕ ਵਾਰੀ ਨਾ ਵੀ ਆਏਗੀ, ਨਹੀਂ ਨਹੀਂ ਇਹਨੇ ਨਹੀਂ ਕੀਤਾ, ਐਡਾ ਨਹੀਂ ਬਿਮਾਰ ਹੈਗਾ, ਇਹ ਜਿਹੜਾ ਤੁਸੀਂ ਇਲਾਜ ਕਰਨ ਡੇ ਹੋ ਜ਼ਿਆਦਾ ਹੀ ਸਖਤ ਇਲਾਜ ਕਰਨ ਡੇ ਹੋ, ਮੁੰਡਾ ਸੀ ਸਾਡਾ ਥੋੜ੍ਹਾ ਜਿਹਾ ਬਿਮਾਰ ਹੈ। ਥੋੜ੍ਹਾ ਬਿਮਾਰ ਦਾ ਕੀ ਮਤਲਬ ਹੈ ਤੁਹਾਡਾ? ਕੀ ਥੋੜ੍ਹਾ ਬਿਮਾਰ ਦਾ ਮਤਲਬ ਹੈ?